ਦੁੱਧ ਮੱਖਣ ਤੇ ਕਰੀਮ ਦੇ ਆਮੇਜ਼ੇ ਨਾਲ ਤਿਆਰ ਖੜਦਾ ਇਸ ਕਰੀਮਾ ਇੱਕ ਅਰਸੇ ਤੱਕ ਆਵਾਮ ਦੀ ਪਸੰਦੀਦਗੀ ਦਾ ਮਰਕਜ਼ ਰਹੀਆਂ ਨੇ, ਲੇਕਿਨ ਜਦੀਦ ਦੌਰ ਦੇ ਤਕਾਜ਼ਿਆਂ ਨੇ ਜਿੱਥੇ ਜ਼ਿੰਦਗੀ ਵਿੱਚ ਜਿੱਦਤ ਦੇ ਨਵੇਂ ਅੰਸਰ ਸ਼ਾਮਿਲ ਕੀਤੇ, ਉੱਥੇ ਹੀ ਆਈਸ ਕਰੀਮਸ ਦੇ ਨਵੇਂ ਨਵੇਂ ਫਲੇਵਰਸ ਫਾਸਟ ਫੂਡ ਵੀ ਸਾਡੇ ਪਕਵਾਨਾਂ ਦਾ ਹਿੱਸਾ ਬਣ ਗਏ। ਹਮਾਰੇ ਜਿਸ ਸੇ ਪਹਿਲੇ ਦੋ ਯੂਨਿਟ ਖੁੱਲ ਚੁੱਕੇ ਹੈ, ਇਸਲਾਮਾਬਾਦ ਲਾਹੌਰ ਮੋਟਰਵੇ ਪੇ ਭੇਰਾ ਕੇ ਉੱਪਰ ਨੌਰਥ ਔਰ ਸਾਊਥ, ਇਸਕੇ ਬਾਅਦ ਨੈਕਸਟ ਸਟੋਰ ਫੈਸਲਾਬਾਦ ਹੈ, ਉਸਕੇ ਬਾਅਦ ਨੈਕਸਟ ਸਟੋਰ ਲਾਹੌਰ ਹੈ, ਉਸਕੇ ਬਾਅਦ ਹਮ ਲੋਕੋਂ ਕੋ ਫ੍ਰੈਂਚਾਈਜ਼ ਦੇ ਰਹੇ ਹੈ। ਸਾਰੇ ਸ਼ਹਿਰੋਂ ਮੇਂ ਹਮ ਆਫਰ ਕਰ ਰਹੇ ਹੈ ਇਹ ਪ੍ਰੋਡਕਟ। ਟੂਟੀ ਫਰੂਟੀ ਇੰਟਰਨੈਸ਼ਨਲ ਇੱਕ ਬ੍ਰਾਂਡ ਹੈ ਫਰੋਜ਼ਨ ਯੋਗਟ ਕਾ, ਜੋ ਕਿ ਪਹਿਲੀ ਦਫਾ ਪਾਕਿਸਤਾਨ ਮੇਂ ਲਾਂਚ ਹੁਆ ਹੈ, ਔਰ ਉਨ੍ਹੋਂਨੇ ਆਪਣਾ ਫਰਸਟ ਬ੍ਰਾਂਡਿੰਗ ਜੋ ਇਤਨਾ ਸਟੋਰ ਖੋਲਾ ਹੈ ਵੋ ਖੋਲਾ ਹੈ ਇਸਲਾਮਾਬਾਦ ਕੈਪੀਟਲ ਮੇਂ। ਇਸਲਾਮਾਬਾਦ ਜੀ ਕੈਸੇ ਹੀ ਜਦੀਦ ਆਈਸਕ੍ਰੀਮ ਪਾਰਲਰ ਦਾ ਇਫਤਤਾਹ ਕੀਤਾ ਗਿਆ, ਜਿੱਥੇ ਇਸਲਾਮਾਬਾਦ ਦੀ ਹਾਈ ਸੁਸਾਇਟੀ ਦੀ ਇੱਕ ਵੱਡੀ ਤਾਦਾਦ ਮੌਜੂਦ ਸੀ। ਡੈਫੀਨੇਟਲੀ ਬਿਕਾਜ਼ ਆਈ ਥਿੰਕ ਇੰਟਰਨੈਸ਼ਨਲ ਬ੍ਰਾਂਡ ਲਾਈਕ ਟੂਟੀ ਫਰੂਟੀ ਇਟਸ ਗੋਇੰ ਟੂ ਬ੍ਰਿੰਗ ਅ ਲੋਟ ਆਫ ਕੰਪੀਟੀਸ਼ਨ ਫਰਮ ਲੋਕਲ ਪੀਪਲ ਆਲਸੋ ਐਂਡ ਪੀਪਲ ਹੇਅਰ enjoy it, so why not? No, definitely it should. It's great to see Islamabad moving, progressing. Everywhere I'm exploring different parts of Pakistan and it seems to be progressing quite a lot, so it's pretty good. At least I'm very happy to have Tutti Frutti, because whenever I have ice cream I always have a guilty feeling, but this time since calories come here and it's yogurt ice cream. About Tutti Frutti, I really like that yogurt flavor, and this is the first time I've come to know about the flavor or yogurt. عوام دی توازو ٹوٹی فروٹی ونیلا سٹرابری تے دیگر لذیذ فلیورز نال کیتی گئی، جنوں عوام نے بہت پسند کیتا۔ مختلف پھلاں، دودھ تے دیگر مزیدار چیزاں تے مشتمل آئس کریماں ہن ساڈے کھانے تو بعد ایک لازمی ڈش بندی جا رہی ہے۔ کیمرامین ہارون مغل دے نال حماد بلغاری، اپنا نیوز اسلام آباد۔